ਸਤਿ ਸ਼੍ਰੀ ਅਕਾਲ, ਨਮਸਕਾਰ। ਮੈਂ ਹਾਂ ਦੀਪਕ ਭੰਡਾਰੀ, ਤੁਸੀਂ ਦੇਖ ਰਹੇ ਹੋ D4 ਨਿਊਜ਼। ਅੱਜ ਗੱਲ ਕਰਾਂਗੇ ਹੈਲਥ ਡਿਪਾਰਟਮੈਂਟ ਦੀ ਕਿ ਸਾਡਾ ਸਿਸਟਮ ਪੂਰੀ ਤਰ੍ਹਾਂ ਫੇਲ ਹੋ ਚੁੱਕਿਆ, ਕਿਸ ਤਰ੍ਹਾਂ ਜਾਅਲੀ ਡਿਗਰੀਆਂ ਦੇ ਆਧਾਰ ਦੇ ਉੱਤੇ ਨੌਕਰੀਆਂ ਲਈਆਂ ਜਾ ਰਹੀਆਂ, ਅਤੇ ਫਿਰ ਜਦੋਂ ਪਤਾ ਲੱਗਦਾ ਅਤੇ ਕਾਰਵਾਈ ਕੀ ਹੋਣੀ ਹੁੰਦੀ ਹੈ, ਉਹ ਬੰਦਿਆਂ ਨੂੰ ਕੁਛ ਵੀ ਨਹੀਂ ਕਿਹਾ ਜਾਂਦਾ। ਅਤੇ ਦੂਜੇ ਪਾਸੇ ਜੇ ਬੰਦਿਆਂ ਦੀ ਲੋੜ ਹੀ ਨਹੀਂ ਹੈ, ਉਹਨਾਂ ਨੂੰ ਸਿਰਫ ਇਸ ਕਰਕੇ ਭਰਤੀ ਕੀਤਾ ਜਾ ਰਿਹਾ ਕਿ ਉਹਨਾਂ ਕੋਲੋਂ ਕੋਈ ਮਾਲ ਮੱਤਾ ਲਿਆ ਜਾਵੇ, ਅਤੇ ਜੇ ਕਿਸੇ ਦਾ ਕੋਈ ਇੰਟਰਸਟ ਨਹੀਂ ਹੋਏਗਾ ਤਾਂ ਫਿਰ ਉਹ ਬਿਨਾਂ ਕਿਸੇ ਤੋਂ ਮਨਜ਼ੂਰੀ ਲਿਆ ਜਾਂ ਬੰਦਿਆਂ ਦੀ ਜੇ ਜ਼ਰੂਰਤ ਹੀ ਨਹੀਂ ਹੈ, ਉਹਨਾਂ ਨੂੰ ਭਰਤੀ ਉਹ ਕਿਉਂ ਕਰੇਗਾ। ਇਹ ਮਾਮਲਾ ਜੇ ਤਰਨ ਤਾਰਨ ਦੇ ਨਾਲ ਜੁੜਿਆ ਹੋਇਆ, ਤੁਹਾਨੂੰ ਯਾਦ ਹੋਣਾ ਅਸੀਂ ਪ੍ਰੋਗਰਾਮ ਕੀਤਾ ਸੀ ਜਿਸ ਦੇ ਵਿੱਚ ਦੱਸਿਆ ਸੀ ਕਿ ਜਿਹੜੇ ਉੱਥੇ ਓਟ ਸੈਂਟਰ, ਨਸ਼ਾ ਛੁਡਾਓ ਕੇਂਦਰ ਚਲਾਏ ਜਾ ਰਹੇ ਨੇ, ਉਹਨਾਂ ਦੇ ਵਿੱਚ ਵੱਡੀ ਧਾਂਦਲੀ ਚੱਲ ਰਹੀ ਹੈ। ਉੱਥੇ 22 ਬੰਦੇ ਕੰਟਰੈਕਟ ਦੇ ਉੱਤੇ ਭਰਤੀ ਕੀਤੇ ਜਾਂਦੇ ਨੇ, ਸਿਵਲ ਸਰਜਨ ਉਸ ਵੇਲੇ ਦੇ ਡਾਕਟਰ ਕਮਲਪਾਲ ਸਿੱਧੂ ਵੱਲੋਂ, ਪਰ ਜਿਹੜੇ DMC ਨੇ ਉੱਥੇ ਡਾਕਟਰ ਸੰਦੀਪ ਕਾਲਰਾ, ਉਹਨਾਂ ਦਾ ਕਹਿਣਾ ਸੀ ਸਾਨੂੰ ਇਹਨਾਂ ਬੰਦਿਆਂ ਦੀ ਲੋੜ ਹੀ ਨਹੀਂ ਹੈ, ਇਹਨਾਂ ਨੂੰ ਭਰਤੀ ਕਿਉਂ ਕਰ ਲਿਆ ਗਿਆ। ਇੱਕ ਕਮੇਟੀ ਬਣਦੀ ਹੈ, ਉਹਨਾਂ ਦੀ ਸ਼ਿਕਾਇਤ ਤੋਂ ਬਾਅਦ ਕਮੇਟੀ ਰਿਪੋਰਟ ਦਿੰਦੀ ਹੈ, ਅਤੇ ਰਿਪੋਰਟ ਤੋਂ ਬਾਅਦ ਉਹ 22 ਬੰਦਿਆਂ ਨੂੰ ਨੌਕਰੀ ਤੋਂ ਫਰਕ ਕਰਤਾ ਜਾਂਦਾ ਹੈ, ਜਦਕਿ ਉਹ ਕੰਟਰੈਕਟ 'ਤੇ ਰੱਖੇ ਗਏ ਸਨ। ਹੁਣ ਉਹ ਬੰਦੇ ਜਿਹੜੇ ਹੈ, ਉਹ ਕੰਪਨੀ ਜਿਹੜੇ ਉਹਨਾਂ ਨੂੰ ਰੱਖਿਆ ਸੀਗਾ, ਉਹ ਕੰਪਨੀ ਇਸ ਮਾਮਲੇ ਨੂੰ ਲੈ ਕੇ ਹਾਈ ਕੋਰਟ ਪਹੁੰਚ ਗਈ ਹੈ, ਅਤੇ ਹਾਈ ਕੋਰਟ ਵੱਲੋਂ ਕੀ ਫੈਸਲਾ ਲਿਆ ਗਿਆ ਉਹ ਵੀ ਤੁਹਾਨੂੰ ਦੱਸਦੇ ਹਾਂ। ਅਤੇ ਨਾਲ ਦੀ ਨਾਲ ਜਿਹੜੇ ਉੱਥੇ ਅਧਿਕਾਰੀ ਨੇ ਸੰਦੀਪ ਕਾਲਰਾ, ਉਹਨਾਂ ਦਾ ਇਸ ਮਾਮਲੇ ਦੇ ਵਿੱਚ ਕੀ ਕਹਿਣਾ, ਸਵਾਲ ਸਭ ਤੋਂ ਵੱਡਾ ਇਹ ਹੈ ਕਿ ਇੱਕ ਅਫਸਰ ਕਹਿ ਰਿਹਾ ਜਿਹਦੇ ਅੰਡਰ ਨਸ਼ਾ ਛੁਡਾਓ ਕੇਂਦਰ ਚੱਲਦੇ ਨੇ ਕਿ ਸਾਨੂੰ ਤਾਂ ਬੰਦਿਆਂ ਦੀ ਲੋੜ ਹੀ ਨਹੀਂ, ਅਤੇ ਫਿਰ ਉੱਥੋਂ ਦੇ ਸਿਵਲ ਸਰਜਨ ਨੂੰ ਕੀ ਲੋੜ ਪਈ ਸੀ ਨਵੀਆਂ ਭਰਤੀਆਂ ਕਰਨ ਦੀ, ਅਤੇ ਨਾਲ ਦੀ ਨਾਲ ਜਾਅਲੀ ਡਿਗਰੀਆਂ ਦੇ ਉੱਤੇ ਨੌਕਰੀਆਂ ਹਜੇ ਵੀ ਬੰਦੇ ਕਰੀ ਜਾਂਦੇ ਨੇ। ਰਿਕਾਰਡ ਆ ਗਿਆ ਸਾਹਮਣੇ, ਪ੍ਰਮਾਣ ਆ ਗਏ ਨੇ ਕੁਛ ਬੰਦਿਆਂ ਦੇ, ਸਾਡੇ ਕੋਲ ਵੀ ਉਹ ਪੁਖਤਾ ਪ੍ਰਮਾਣ ਮੌਜੂਦ ਨੇ ਕਿ ਜਾਅਲੀ ਡਿਗਰੀਆਂ ਦੇ ਆਧਾਰ ਦੇ ਉੱਤੇ ਲੋਕ ਨੌਕਰੀਆਂ ਕਰ ਰਹੇ ਨੇ, ਅਤੇ ਫਿਰ ਇਹ ਬੰਦਿਆਂ ਨੂੰ ਨਸ਼ਾ ਛੁਡਾਉਣਗੇ ਜਾਂ ਫਿਰ ਨਸ਼ੇ ਦੀਆਂ ਗੋਲੀਆਂ ਵੇਚਣਗੇ। ਇਹ ਫੈਸਲਾ ਤੁਸੀਂ ਕਰਨਾ। ਮੇਰੇ ਨਾਲ ਨੇ ਮੇਰੇ ਸਾਥੀ ਰਾਕੇਸ਼ ਸ਼ਰਮਾ। ਸ਼ਮੇ ਨਮਸਕਾਰ। ਨਮਸਕਾਰ ਭੰਡਾਰੀ ਸਾਹਿਬ। ਸ਼ਮੇ, ਤੁਹਾਨੂੰ ਯਾਦ ਹੋਣਾ ਅਸੀਂ ਤਰਨ ਤਾਰਨ ਦੇ ਵਿੱਚ ਸਿਵਲ ਸਰਜਨ ਜਿਹੜੇ ਉਦੋਂ ਕਮਲਪਾਲ ਸਿੱਧੂ ਸੀਗੇ, ਉਹਨਾਂ ਦਾ ਇੱਕ ਇੰਟਰਵਿਊ ਵੀ ਕੀਤਾ ਸੀਗਾ। ਉਹਨਾਂ ਨੇ ਸਾਨੂੰ ਕੁਛ ਭੇਜੀਆਂ ਸੀਗੀਆਂ ਵੀ ਫਰਜ਼ੀ ID ਦੇ ਉੱਤੇ ਇੱਥੇ ਜਿਹੜੀ ਹੈ ਨਸ਼ਾ ਛੁਡਾਓ ਦੀ ਗੋਲੀ ਉਹ ਵੇਚੀ ਜਾ ਰਹੀ ਹੈ, ਦਿੱਤੀ ਜਾ ਰਹੀ ਹੈ। ਫਿਰ ਉਹਨਾਂ ਦਾ ਇਹ ਵੀ ਦਾਅਵਾ ਸੀ ਵੀ ਰੋਜ਼ ਜਿਹੜੀ ਹੈ 24,000 ਗੋਲੀ ਹੈ ਜਿਹੜੀ ਹੈ ਉਹ ਪਹਿਲੇ ਦਿੱਤੀ ਜਾ ਰਹੀ ਸੀ। ਕਹਿੰਦੇ ਜਦੋਂ ਮੈਂ ਸ਼ਕਤੀ ਕੀਤੀ ਤਾਂ ਬੰਦਾ ਸਿਰਫ ਰਹਿ ਗਿਆ 7,500, ਮਤਲਬ 16,500 ਗੋਲੀ ਹਰ ਰੋਜ਼ ਕਹਿੰਦੇ ਬਚਾ ਲਈ ਮੈਂ, ਅਤੇ ਇੱਕ ਗੋਲੀ ਜਿਹੜੀ ਬਾਜ਼ਾਰ 'ਚ ਕੀਮਤ ਵੇਖਦੀ ਹੈ ਨਾ ਕਹੇ ਜੀ, ਉਹ 100 ਰੁਪਏ ਦੀ ਵੇਖਦੀ ਹੈ 2 ਨੰਬਰ ਦੇ ਵਿੱਚ। ਹੁਣ ਇਹ ਸਾਰੀ ਤੁਸੀਂ ਵੀ ਦੇਖੀਏ, ਸਾਡੇ ਕੋਲ ਵੀ ਬਹੁਤ ਸਾਰੇ ਡਾਕੂਮੈਂਟਸ ਪਹੁੰਚੇ ਨੇ ਅਤੇ ਉਹ ਡਿਗਰੀਆਂ ਵੀ ਪਹੁੰਚੀਆਂ। ਹੁਣ ਸਵਾਲ ਰਾਕੇਸ਼ ਜੀ ਇਹ ਖੜਾ ਹੋ ਜਾਂਦਾ ਵੀ ਇਹ ਜਦੋਂ ਪਤਾ ਲੱਗ ਜਾਂਦਾ ਵੀ ਬੰਦੇ ਜਾਅਲੀ ਡਿਗਰੀਆਂ ਦੇ ਉੱਤੇ ਕੰਮ ਕਰ ਰਹੇ ਨੇ, ਉਹਨਾਂ ਦੇ ਉੱਤੇ ਕੋਈ ਕਾਰਵਾਈ ਨਹੀਂ ਹੁੰਦੀ? ਫਿਰ ਇੱਕ ਇੱਕ ਅਧਿਕਾਰੀ ਕਹਿ ਰਿਹਾ ਮੈਨੂੰ ਬੰਦਿਆਂ ਦੀ ਲੋੜ ਹੀ ਨਹੀਂ, ਦੂਜਾ ਅਧਿਕਾਰੀ ਬੰਦੇ ਭਰਤੀ ਕਰੀ ਜਾਂਦਾ, ਇਹ ਕੀ ਚੱਲ ਰਿਹਾ ਵੀ ਸਾਡੇ ਮੁਲਕ ਦਾ ਬਣੂਗਾ ਤਾਂ ਬਣੂਗਾ ਕੀ? ਵੇਖੋ, ਇਹ ਮਾਮਲਾ ਹੈਗਾ ਸਾਰਾ ਅਸਲ 'ਚ ਮਾਲਕਾਂ ਦਾ। ਠੀਕ ਹੈ, ਸਭ ਤੋਂ ਵੱਡੀ ਗੱਲ ਤਾਂ ਹੈਗੀ ਵੀ ਜਦੋਂ ਮਾਨ ਸਰਕਾਰ ਆਈ ਸੀ, ਇਹਨਾਂ ਕਿਹਾ ਸੀ ਵੀ ਜਿਹੜੀ ਆ ਆਊਟਸੋਰਸਿੰਗ ਭਰਤੀ ਬੰਦ ਕਰ ਦਿਆਂਗੇ, ਠੇਕੇਦਾਰੀ ਭਰਤੀ ਬੰਦ ਕਰ ਦਿਆਂਗੇ, ਕੰਟਰੈਕਟ ਭਰਤੀ ਬੰਦ ਕਰ ਦਿਆਂਗੇ। ਫਿਰ ਇਹ ਆਊਟਸੋਰਸਿੰਗ ਭਰਤੀ ਮਾਰਚ ਦੇ ਵਿੱਚ ਹੋਈ ਕਿਉਂ? ਇਹ ਪਹਿਲੀ ਤਾਂ ਸਰਕਾਰ ਦੇ ਹੁਕਮਾਂ ਦੀ ਅਧੂਰੀ ਆ, ਉਲੰਘਣਾ ਜੀ, ਵੀ ਉਹਨਾਂ ਦੇ ਹੁਕਮ ਮੰਨੇ ਨਹੀਂ ਗਏ CM ਸਾਹਿਬ ਦੇ ਕਿਸੇ ਨੇ। ਵੇਖੋ, ਸਿਵਲ ਸਰਜਨ ਸਾਹਿਬ ਨੇ ਮਾਰਚ ਦੇ ਵਿੱਚ ਜਦੋਂ DMC ਗਏ ਛੁੱਟੀ ਦੇ ਉੱਤੇ ਜੀ, ਇਹਨਾਂ 22 ਬੰਦੇ ਜਿਹੜੇ ਆ ਭਰਤੀ ਕਰ ਲਏ ਵੱਖ ਵੱਖ ਪੋਸਟਾਂ ਦੇ, ਆਊਟ ਸੈਂਟਰਾਂ ਦੇ ਵਿੱਚ, ਨਸ਼ਾ ਕੇਂਦਰਾਂ 'ਚ। ਇਹਨਾਂ ਕਿ ਵੀ ਸਾਨੂੰ ਲੋੜ ਆ ਭੱਗੂਪੁਰ ਦਾ ਇੱਕ ਸੈਂਟਰ ਚਲਾਉਣਾ,
ਅਤੇ ਪੱਟੀ ਦੇ ਵਿੱਚ ਇਹਦੇ ਸਾਨੂੰ ਚਲਾਉਣ ਦੀ ਲੋੜ ਆ ਅਤੇ ਉਹ ਅਸੀਂ ਚਲਾਉਣ ਵਾਸਤੇ ਬੰਦੇ ਕੁਛ ਕੌਂਸਲ ਭਰਤੀ ਕਰ ਲਏ, ਕੋਈ ਸਟਾਫ ਨਰਸਾਂ, ਕੋਈ ਬਾਰ ਅਟੈਂਡੈਂਟ, ਕੋਈ ਸਿਕਿਉਰਿਟੀ ਗਾਰਡ, ਕੋਈ ਸਫਾਈ ਸੇਵਕ, ਇੱਦਾਂ ਬੰਦੇ ਕਰ ਲਏ ਰਿਕਰੂਟਡ ਜੀ। ਅਤੇ ਅਪ੍ਰੈਲ 'ਚ ਹੈਗੀ ਸੀ ਉਹਨਾਂ ਦੀ ਰਿਟਾਇਰਮੈਂਟ ਜੀ। ਭਰਤੀ ਕੀਤੇ ਏਸ਼ੀਆ ਐਡਵਾਂਸ ਡਿਵੈਲਪਮੈਂਟ ਕੰਪਨੀ ਦੇ ਰਾਹੀਂ ਜੀ। ਉਹ ਭਰਤੀ ਪਾਈ ਹੋ ਗਏ, ਡੀ ਐਮ ਸੀ ਸਾਹਿਬ ਜੀ ਨੂੰ ਬਾਹਰ 'ਚ ਆਏ, ਉਹਨਾਂ ਕਹੇ ਨਾ ਕਮਰੇ ਮੇਰਾ ਭਰਤੀ ਕਰਨ ਦਾ, ਉਹਨਾਂ ਨੇ ਭਰਤੀ ਕਰਨ ਲੱਗਾ ਡੀ ਸੀ ਸਾਹਿਬ ਦੀ ਮਨਜ਼ੂਰੀ ਜ਼ਰੂਰ ਲੈ ਲਈ ਇੱਕ ਜੀ, ਚੰਗਾ ਕੰਮ ਇੱਕ ਇਹ ਕੀਤਾ। ਉਹਨਾਂ ਨੇ ਆ ਕੇ ਵੇਖਿਆ ਵੀ ਇਹ ਤਾਂ ਮੇਰਾ ਕੰਮ ਹੀ ਇਹ ਕਰ ਗਏ ਅਤੇ ਮੈਨੂੰ ਤਾਂ ਕੋਈ ਲੱਭਾ ਨਹੀਂ, ਵਾਲਮਤਾ ਜਾਂ ਦਿੰਦੇ ਹੋਣ ਜਾਂ ਨਾ ਲੈਂਦੇ ਹੋਣ ਜਾਂ ਮੇਰੀ ਵੇਖੋ ਜੀ ਇਹਨਾਂ ਨੇ ਪਾਵਰ ਵਰਤਦੀ ਆ। ਉਹ 30 ਅਪ੍ਰੈਲ ਤੱਕ ਤਾਂ ਰੇ ਚੁੱਪ ਜੀ, ਜਦੋਂ ਤੱਕ ਉਹ ਸਿੱਧੂ ਸਾਹਿਬ ਰਿਟਾਇਰ ਨਹੀਂ ਹੋ ਗਏ ਕਮਲ ਸਿੱਧੂ ਜੀ। ਉਸ ਤੋਂ ਬਾਅਦ ਸਰਕਾਰ ਨੂੰ ਚਿੱਠੀ ਦੇ ਦਿੱਤੀ ਵੀ ਸਾਡੇ ਕੋਲ ਨਾ ਕੋਈ ਬਜਟ, ਨਾ ਸਾਨੂੰ ਬੰਦਿਆਂ ਦੀ ਲੋੜ, ਇਹਨਾਂ ਨੂੰ ਤਨਖਾਹਾਂ ਕਿੱਥੋਂ ਦੇਵਾਂਗੇ, ਨਾ ਇਹਨਾਂ ਨੂੰ ਕੋਈ ਉੱਚ ਅਧਿਕਾਰੀਆਂ ਕੋਲ, ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਡਾਇਰੈਕਟਰ ਕੋਲੋਂ ਕੋਈ ਪ੍ਰਵਾਨਗੀ ਲਈ ਇਹਨਾਂ ਰੱਖਣ ਦੀ। ਇਹਨਾਂ ਆਪਣੇ ਪੱਧਰ 'ਤੇ ਭਰਤੀ ਕਰ ਲਏ ਆ। ਉਹਨਾਂ ਦੀ ਐਪਲੀਕੇਸ਼ਨ ਦੇ ਉੱਤੇ ਕਰੜਾ ਸਾਹਿਬ ਦੀ ਡੀ ਐਮ ਸੀ ਦੀ ਉੱਤੇ ਦਰਖਾਸਤ ਦੇ ਉੱਤੇ ਡਾਇਰੈਕਟਰ ਸਾਹਿਬ ਨੇ ਕਮੇਟੀ ਬਣਾ ਤੀ ਜੀ। ਉਹ ਕਮੇਟੀ ਨੇ ਆਪਣੀ ਰਿਪੋਰਟ ਦੇ ਤੀ ਡਾਇਰੈਕਟਰ ਨੂੰ, ਡਾਇਰੈਕਟਰ ਨੇ ਮਗਰੋਂ ਹੁਕਮ ਕਰਤੇ ਵੀ ਇਹਨਾਂ ਬੰਦਿਆਂ ਨੂੰ ਨੌਕਰੀ ਤੋਂ ਕੱਢਤੀ ਜਾਵੇ, ਵੀ ਇਹ ਜਿਹੜੀ ਆ ਭਰਤੀ ਠੀਕ ਨਹੀਂ ਹੋਈ, ਗੈਰ ਜ਼ਰੂਰੀ ਭਰਤੀ ਸੀ, ਇਹਦੇ ਭਰਤੀ ਦੀ ਲੋੜ ਨਹੀਂ ਹੈਗੀ। ਡੀ ਐਮ ਸੀ ਨੇ ਜੋ ਕਿਹਾ ਉਹਨਾਂ ਚਿੱਠੀ ਭੇਜਤੀ ਡੀ ਸੀ ਨੂੰ। ਹੁਣ ਭਾਰਤ ਭੂਸ਼ਣ ਜਿਹੜੇ ਉੱਥੇ ਹੈਗੇ ਸਿਵਸਨ ਸਾਹਿਬ, ਉਹਨਾਂ ਨੇ ਅੱਜ ਜੁਲਾਈ ਮਹੀਨੇ ਵੇਖੋ ਮਾਰਚ 'ਚ ਭਰਤੀ ਹੋਏ, ਜੁਲਾਈ 'ਚ ਘਰ ਨੂੰ ਭੇਜਦੇ ਸਾਰੇ ਰਿਲੀਵ ਕਰਤੇ 22 ਦੇ 22 ਬੰਦੇ ਜੀ। ਹੁਣ ਬੰਦਿਆਂ 'ਤੇ ਰੌਲਾ ਪਾਉਣਾ, ਜਦੋਂ ਕੋਈ ਕਿਸੇ ਦੀ ਸਿਫਾਰਿਸ਼ ਕਰਾ ਕੇ ਲੱਗਾ ਹੋਊ, ਕੋਈ ਦੇ ਲੈ ਕੇ ਲੱਗਾ ਹੋਊ। ਹੁਣ ਆਹ ਜਿਹੜੇ ਕੰਪਨੀ ਦੇ ਮਾਲਕ ਆ ਏਸ਼ੀਆ ਐਡਵਾਂਸ ਕੰਪਨੀ ਦੇ, ਇਹਨੇ ਇੱਕ ਰਿਟ ਪਾ ਦਿੱਤੀ 17/366/24 ਹਾਈ ਕੋਰਟ ਦੇ ਵਿੱਚ ਜੀ। ਉਹ ਕਹਿੰਦੇ ਵੀ ਇਹ ਡੀ ਐਮ ਸੀ ਜਿਹੜਾ ਮੇਰੇ ਨਾਲ ਲੱਗਦਾ, ਇਹ ਮੇਰੇ ਕੋਲ ਬੰਦਿਆਂ ਦੀ ਤਨਖਾਹਾਂ ਵੀ ਲੇਟ ਕਰਕੇ ਦਿੰਦਾ, ਜਦੋਂ ਦਿੰਦਾ ਚੱਕ ਦਿੰਦਾ, ਇਹ ਮੇਰੇ ਕੋਲ ਪੈਸੇ ਮੰਗਦਾ ਸੀ ਤਾਂ ਮੈਂ ਇਹਨੂੰ ਪੈਸੇ ਦਿੱਤੇ ਨਹੀਂ ਜੀ। ਜਾਣ ਕੇ ਨੇ ਮੇਰੇ ਬੰਦੇ ਆ ਜਿਹੜੇ ਆ 22 ਬੰਦੇ ਆ ਕਢਵਾ ਤੇ, ਚਾਹੀਦਾ ਹੀ ਕੈਂਡੀਡੇਟ ਜਾਂਦੇ ਹਾਈ ਕੋਰਟ ਦੇ ਵਿੱਚ, ਕੰਪਨੀ ਦੇ ਜਾਣ ਦਾ ਤਾਂ ਕੰਮ ਕੋਈ ਨਹੀਂ, ਬਿਲਕੁਲ ਠੀਕ ਹੈ। ਕੰਪਨੀ ਨੇ, ਸਰਕਾਰ ਨੇ ਜਦੋਂ ਕਿਹਾ ਰੱਖ ਲਾ ਜਦੋਂ ਕਿਹਾ ਕੱਢ ਦਿਓ ਕੱਢ ਦਿਓ, ਕਿ 13 ਕੀ ਫਿਰ ਤਾਂ ਬੰਦ ਹੈ ਨਹੀਂ ਜਾਣ ਦਾ ਹਾਈ ਕੋਰਟ ਨੇ, ਚਲੋ ਚੱਲ ਗਿਆ। ਉਹਨੇ ਕਿਹਾ ਵੀ ਲੋਕ ਤਾਂ ਮੈਂ ਕੈਂਡੀਡੇਟ ਦੇ ਹਿੱਤ ਵਾਸਤੇ ਗਿਆ, ਇਹਨੂੰ ਇਹ ਵੀ ਕਹਿਣਾ ਚਾਹੀਦਾ ਸੀ ਵੀ ਕੈਂਡੀਡੇਟ ਹਿੱਤਾਂ ਵਾਸਤੇ ਤੂੰ ਹਾਈ ਕੋਰਟ ਨੂੰ ਇਹ ਵੀ ਦੱਸ ਵੀ ਮੇਰੇ ਕੋਲ ਜਿਹੜੇ ਪਹਿਲੇ ਬੰਦੇ ਕੰਮ ਕਰਨ ਦੇ ਨਾ, ਉਹਨਾਂ 'ਚੋਂ ਕਈਆਂ 'ਚ ਬੰਦਿਆਂ ਦੀ ਡਿਗਰੀਆਂ ਜਾਲੀ ਆ, ਉਹ ਵੀ ਇੰਨੇ ਕੱਢੀਆਂ ਜੇ ਡਿਗਰੀਆਂ ਜਾਲੀ ਡਿਗਰੀਆਂ। ਉਹ ਆਂਦਾ ਵੀ ਉਹਨੇ ਬੁਲਾਇਆ ਵੀ 2019 ਦੇ ਵਿੱਚ ਨਸ਼ਾ ਛਡਾਊ ਅਤੇ ਰੀਹੈਬ ਸੈਂਟਰਾਂ ਅਤੇ ਓਲਡ ਸੈਂਟਰਾਂ 'ਚ ਠੇਕੇ 'ਤੇ ਏਪੈਕਸ ਸੀਲਡ ਵੈਂਚਰ ਕੰਪਨੀ ਨੇ ਠੇਕਾ ਆਧਾਰਿਤ ਕਰਮਚਾਰੀ ਭਰਤੀ ਕੀਤੇ ਸੀ ਜੀ। ਆਉਂਦੇ ਵੀ ਡਿਪਟੀ ਮੈਡੀਕਲ ਕਮਿਸ਼ਨ ਹੋਣਾ ਸਰਟੀਫਿਕੇਟ ਚੈੱਕ ਕੀਤੇ ਸੀ ਜੀ, ਜਿਹੜੇ ਡੀ ਐਮ ਸੀ 'ਚ ਉਹਨੂੰ ਚਾਹੀਦਾ ਵੀ ਸਰਟੀਫਿਕੇਟਾਂ ਦੀ ਵੈਰੀਫਿਕੇਸ਼ਨ ਕਰਾਉਂਦੇ। ਤੁਹਾਨੂੰ ਪਤਾ ਜਦੋਂ ਆਪਾਂ ਗਏ ਅਸੀਂ ਵੀ ਕਹਿ ਗਏ ਹਾਂ ਵੀ ਸਾਡੇ ਕੋਲ ਆਈ ਆ ਲੈਟਰਾਂ ਲੋਕਾਂ ਦੀਆਂ ਵੀ ਇੱਦਾਂ ਕੋਈ ਬੰਦੇ ਕੋਈ ਜਾਲੀ ਸਰਟੀਫਿਕੇਟਾਂ 'ਤੇ ਲੱਗੇ ਆ, ਅਤੇ ਸਿਵਸਨ ਸਾਹਿਬ ਕਹਿੰਦੇ ਜਾਂਚ ਕਰਾ ਭਾਅ ਜੀ ਡੀ ਸੀ ਸਾਹਿਬ ਦਾ ਵਰਸ਼ਨ ਲਿਆ ਸੀ ਅਤੇ ਡੀ ਐਮ ਸੀ ਮੰਨਦੇ ਨਹੀਂ। ਮੈਂ ਬੇਨਤੀ ਕਰਾਂਗਾ ਵੀਡੀਓ ਐਡੀਟਰ ਨੂੰ, ਸਾਡੇ ਕੋਲ ਡਿਗਰੀਆਂ ਜਾਲੀ ਹੈਗੀਆਂ, ਉਹ ਡਿਗਰੀਆਂ ਜਾਲੀ ਦੀ ਜਿਹੜੀ ਹੈ ਨਾਲ ਦੀ ਨਾਲ ਸਕਰੀਨ 'ਤੇ ਜ਼ਰੂਰ ਦਿਖਾਉਣ, ਤਾਂ ਕਿ ਜਿਹੜੇ ਅਫਸਰਾਂ ਨੂੰ ਨਹੀਂ ਪਤਾ ਵੀ ਜਾਲੀ ਡਿਗਰੀਆਂ ਦੇ ਆਧਾਰ ਦੇ ਉੱਤੇ ਉੱਥੇ ਲੋਕ ਕੰਮ ਕਰ ਰਹੇ ਨੇ, ਉਹਨਾਂ ਨੂੰ ਪਤਾ ਲੱਗ ਸਕੇ ਅਤੇ ਸਰਕਾਰ ਦੀਆਂ ਵੀ ਅੱਖਾਂ ਖੁੱਲ੍ਹ ਸਕਣ ਵੀ ਥੱਲੇ ਹੋ ਕੀ ਰਿਹਾ। ਤੁਸੀਂ ਅਰਗੇ ਜੀ ਦੇਖੋ ਡਿਗਰੀਆਂ ਅਸੀਂ ਦਿਖਾਤੀਆਂ ਉਹਨਾਂ ਸਾਹਿਬ ਵੀ 2023 'ਚ ਠੇਕਾ ਆ ਗਿਆ ਏਸ਼ੀਆ ਐਡਵਾਂਸ ਕੰਪਨੀ ਕੋਲ ਪ੍ਰਾਈਵੇਟ ਲਿਮਿਟਡ ਕੋਲ, ਉਹਨੇ 108 ਕਰਮੀਆਂ 'ਚ 20 ਕਰਮੀਆਂ ਦੇ ਫਰਜ਼ੀ ਸਿਕਸ਼ਨ ਸਰਟੀਫਿਕੇਟ ਆ ਉਹਨਾਂ ਰੂਪ ਜਿਹੜਾ ਲਾਇਆ ਤਨਾਤ ਕੁੱਲ। ਉਹ ਆਉਂਦੇ ਵੀ 2 ਬੰਦਿਆਂ ਦੇ ਮੈਂ ਚੈੱਕ ਕਰਾਉਣ ਚਲ ਗਿਆ IK ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਕਪੂਰਥਲਾ ਜੀ। ਆਉਂਦੇ ਮੈਂ ਉੱਥੇ ਫੀਸ ਭਰੀ, ਫੀਸ ਭਰ ਕੇ ਡਾਕੂਮੈਂਟ ਵੈਰੀਫਿਕੇਸ਼ਨ ਕਰਾਏ,
ਅਤੇ ਯੂਨੀਵਰਸਿਟੀ ਦੇ ਰਜਿਸਟਰ ਨੇ ਅਸਿਸਟੈਂਟ ਰਜਿਸਟਰ ਨੇ 3 ਮੈਂਬਰੀ ਕਮੇਟੀ ਬਣਾਤੀ। ਕਮੇਟੀ ਦੀ ਰਿਪੋਰਟ 'ਚ ਆਇਆ ਵੀ ਚਮਕੌਰ ਸਿੰਘ ਪੁੱਤਰ ਦਾਰਾ ਸਿੰਘ ਅਤੇ ਬਲਜਿੰਦਰ ਪੁੱਤਰ ਸਿੰਘ ਪੁੱਤਰ ਬਲਦੇਵ ਸਿੰਘ ਜੀ ਦੀ BA ਮਾਸ ਕਮਿਊਨੀਕੇਸ਼ਨ ਦੀਆਂ ਡਿਗਰੀਆਂ ਫਰਜ਼ੀ ਆ ਜੀ, ਅਤੇ ਉਹਨਾਂ ਨੇ 2019-20 'ਚ ਕੰਪਨੀ 'ਚ ਨੌਕਰੀ ਲਈ ਸੀ ਅਤੇ ਡਿਗਰੀਆਂ ਦੀ ਫੋਟੋ ਕਾਪੀ ਦਿੱਤੀ ਸੀ ਅਤੇ ਨਾਲ ਇਹ ਕਹਿੰਦੇ ਵੀ ਇਹ ਸਰਟੀਫਿਕੇਟ ਅਲਫੀ ਆਈ ਬਾਨ ਵੀ ਦਿੱਤਾ ਸੀ ਵੀ ਅਸਾਂ ਮੇਰੀਆਂ ਸਾਡੀਆਂ ਡਿਗਰੀਆਂ ਜਿਹੜੀਆਂ ਠੀਕ ਆ। ਅਤੇ ਉਹਨਾਂ ਕਿਹਾ ਵੀ ਚਾਹੀਦਾ ਸੀ ਵੀ DMC ਨੂੰ ਇਹਨਾਂ ਦੇ ਸਰਟੀਫਿਕੇਟ ਚੈੱਕ ਕਰਾਉਣੇ ਚਾਹੀਦੇ ਸੀ। ਅਤੇ ਬਲਜਿੰਦਰ ਸਿੰਘ ਲੱਗਾ ਜੇ ਡਾਟਾ ਇੰਟੀਪਰੇਟਰ ਪੱਟੀ ਰੋਡ ਸੈਂਟਰ 'ਚ, ਅਤੇ ਚਮਕੌਰ ਸਿੰਘ ਭਿੱਖੀ ਪਿੰਡ ਦੇ ਗਾਮ ਬੈਂਕਾਂ ਦਾ ਰਹਿਣ ਵਾਲਾ, ਅਤੇ ਸੁਰ ਸਿੰਘ ਦੇ ਡਾਟਾ ਇੰਟੀਪਰੇਟਰ ਲੱਗਾ ਜੇ ਜੀ। ਅੰਦਰ 11,000 ਪ੍ਰਤੀ ਮਹੀਨਾ ਤਨਖਾਹ ਲੈ ਰਹੇ ਆ, ਅਤੇ DMC ਨੇ ਅੰਦਰ ਕੀ ਕੀਤਾ ਇਹਦੇ ਬਾਰੇ? ਇਹ ਜੀ ਸਵਾਲ ਇੱਥੇ ਖੜ੍ਹੇ ਹੋ ਜਾਂਦੇ ਆ ਵੀ ਜਿਹੜੇ ਬੰਦਿਆਂ ਦੇ ਪਤਾ ਲੱਗ ਗਿਆ ਵੀ ਇਹ ਸਰਟੀਫਿਕੇਟ ਜਾਲੀ ਨੇ, ਉਹਨਾਂ ਦੇ ਉੱਤੇ ਕਾਰਵਾਈ ਕੀ ਹੋਏਗੀ? ਅਤੇ ਕਜਾ ਜਿੱਥੇ ਫਿਰ ਦੇਖੋ ਕਿ ਜੀ ਉਹਨਾਂ ਦੀ ਕਾਰਜ ਪ੍ਰਣਾਲੀ ਦੇ ਵੀ ਸਵਾਲ ਨੇ ਨਾ ਵੀ 4 ਸਾਲ ਉਹਨਾਂ ਨੇ ਕਿਸ ਆਧਾਰ ਦੇ ਉੱਤੇ ਨਸ਼ਾ ਛੁਡਾਓ ਕੇਂਦਰ ਦੇ ਵਿੱਚ ਕੰਮ ਕੀਤਾ, ਅਤੇ ਉਹਨਾਂ ਨੇ ਨਸ਼ੇ ਦੀਆਂ ਗੋਲੀਆਂ ਦਿੱਤੀਆਂ ਮਰੀਜ਼ਾਂ ਨੂੰ ਜਾਂ ਵੇਚੀਆਂ? ਇਹ ਬਹੁਤ ਵੱਡੀ ਕੌਂਸਪੀਰੇਸੀ ਹੈ ਜੀ। ਇਸ ਨੂੰ ਲੈ ਕੇ ਮੈਂ ਗੱਲ ਕਰਾਂਗਾ ਜਿਹੜੇ ਸੰਦੀਪ ਕਾਲਾ DMC ਨੇ ਤਰਨ ਤਾਰਨ ਦੇ, ਅਤੇ ਉਹਨਾਂ ਦੇ ਨਾਲ ਡਾਕਟਰ ਸੰਦੀਪ ਕਾਲਾ ਬੋਲ ਰਹੇ ਜੀ। ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ। ਸਤਿ ਸ਼੍ਰੀ ਅਕਾਲ ਜੀ। ਡਾਕਟਰ ਸਾਹਿਬ ਦੀਪਕ ਭੰਡਾਰੀ ਬੋਲ ਰਿਹਾ D4 ਯੂਨਿਵਰਸ ਚੈਨਲ ਤੋਂ। ਅੱਛਾ ਡਾਕਟਰ ਸਾਹਿਬ, ਇੱਕ ਮਸਲਾ ਉੱਠਿਆ ਸੀਗਾ ਜਿਹੜੀ ਤੁਹਾਡੀ ਮਰਜ਼ੀ ਤੋਂ ਬਗੈਰ ਉਹ ਸੈਂਟਰਾਂ ਦੇ ਵਿੱਚ, ਮਤਲਬ ਨਸ਼ਾ ਛੁਡਾਓ ਕੇਂਦਰਾਂ ਦੇ ਵਿੱਚ ਕੁਛ ਮੁਲਾਜ਼ਮ ਰੱਖ ਲਏ ਸੀਗੇ 22। ਹਾਂਜੀ ਹਾਂਜੀ। ਉਹ ਤੁਸੀਂ ਉਹਦੀ ਕੰਪਲੇਂਟ ਕੀਤੀ, ਡਾਇਰੈਕਟਰ ਹੈਲਥ ਨੇ ਉਹਦੀ ਕਮੇਟੀ ਬਣਾਈ, ਕਮੇਟੀ ਦੀ ਰਿਪੋਰਟ ਤੋਂ ਬਾਅਦ ਉਹਨਾਂ ਬਾਈਆਂ ਨੂੰ ਫਰਕ ਕਰ ਦਿੱਤਾ ਗਿਆ। ਅੱਛਾ ਜੀ। ਨਹੀਂ ਤੁਸੀਂ ਦੱਸੋ, ਕਰ ਦਿੱਤਾ ਗਿਆ ਨਾ ਜੀ ਤੁਹਾਨੂੰ? ਮੇਰੇ ਸਰ ਉਹ ਇੱਕ ਤਾਂ ਦੱਸੋ ਵੀ ਫਰਕ ਕਰ ਦਿੱਤਾ ਗਿਆ, ਕਿਉਂਕਿ ਤੁਸੀਂ ਕਿਹਾ ਸੀਗਾ ਵੀ ਇਹਨਾਂ ਨੂੰ ਇੱਕ ਤਾਂ ਇਹਨਾਂ ਦੀ ਲੋੜ ਨਹੀਂ ਹੈ ਜੀ, ਔਰ ਦੂਸਰਾ ਕਿਹਾ ਸੀ ਇਹਨਾਂ ਨੂੰ ਤਨਖਾਹ ਕਿੱਥੋਂ ਦੇਣੀ ਹੈ ਜੀ। ਜੀ ਜੀ। ਹੁਣ ਉਹਨਾਂ ਦੇ ਵਿੱਚੋਂ ਡਾਕਟਰ ਸਾਹਿਬ ਜੋ ਪਤਾ ਲੱਗਿਆ, ਤੁਹਾਡੇ ਦੇ ਆਰੋਪ ਲਾਏ ਕਹਿੰਦੇ ਵੀ DMC ਇਸ ਕਰਕੇ ਮਤਲਬ ਸਾਡੇ ਖਿਲਾਫ਼ ਹੋ ਗਏ ਕਿਉਂਕਿ ਰਿਸ਼ਵਤ ਮੰਗਦੇ ਸੀ, ਅਸੀਂ ਪੈਸੇ ਨਹੀਂ ਦਿੱਤੇ ਅਤੇ ਇਹਨਾਂ ਨੇ ਸਾਨੂੰ ਕਢਵਾਤਾ। ਠੀਕ ਹੈ ਜੀ। ਇਹ ਬੰਦੇ ਕੋਈ ਦਵਿੰਦਰ ਸਿੰਘ ਹੈ, ਡਾਇਰੈਕਟ ਏਸ਼ੀਆ ਜਿਹੜੇ ਕੰਪਨੀ ਨਹੀਂ ਐਡਵਾਂਸ ਡਿਵੈਲਪਮੈਂਟ ਪ੍ਰਾਈਵੇਟ। ਚਲੋ ਜੀ, ਇਸ ਤਰ੍ਹਾਂ ਹੈ, ਲੋਕੀ ਕੁਛ ਵੀ ਕਹਿ ਸਕਦੇ ਨੇ ਜੀ। ਦੇਖੋ, ਮੈਂ ਕਿਸੇ ਦੀ ਨਾ ਮੈਂ ਸ਼ਿਕਾਇਤ ਲਾਈ ਕਿਸੇ ਦੀ, ਨਾ ਮੈਂ ਕੁਛ ਕੀਤਾ, ਨਾ ਮੈਂ ਰੱਖਣਾ ਬੰਦੇ ਜੀ। ਮੈਂ ਦੇਖੋ, ਇਸ ਤਰ੍ਹਾਂ ਹੁੰਦਾ ਕਿ ਜਦੋਂ ਸਾਡੇ ਵਿੱਚ ਸੈਂਕਸ਼ਨ ਹੁੰਦੀ ਹੈ ਜੀ, ਸਰਕਾਰੀ ਇਸ ਤਰ੍ਹਾਂ ਹੁੰਦਾ ਕਿ ਸੈਂਕਸ਼ਨ ਹੁੰਦੀ ਹੈ ਕੋਰਸ ਜੀ, ਕਿਉਂਕਿ ਬਜਟ ਆਉਣਾ ਉਹਨਾਂ ਦਾ, ਉਹਨਾਂ ਦੀ ਤਨਖਾਹਾਂ ਦੇਣੀਆਂ ਤੁਸੀਂ ਜੀ। ਜੇ ਤੁਸੀਂ ਸੈਂਕਸ਼ਨ ਜਾਂ ਅਧਿਕਾਰਿਕ ਤੌਰ ਤੋਂ ਬਾਅਦ ਉੱਪਰ ਜਾਂਦੇ ਹੋ ਤੇ ਤੁਹਾਨੂੰ ਇੱਕ ਨਾ ਇੱਕ ਥੱਲਿਓ ਇੱਕ ਥੱਲੇ ਡਿਮਾਂਡ ਜਨਰੇਟ ਕਰਨੀ ਪੈਂਦੀ ਹੈ ਜੀ, ਇਹ ਚੀਜ਼ਾਂ ਦੀ ਸਾਨੂੰ ਐਕਸਟਰਾ ਦੀ ਲੋੜ ਹੈਗੀ ਹੈ ਜੀ। ਠੀਕ ਹੈ ਜੀ। ਫਿਰ ਉਹਨੂੰ ਪ੍ਰੋਪਰ ਤਰੀਕੇ ਨਾਲ ਉੱਪਰ ਉਹਨੂੰ ਭੇਜਣਾ ਪੈਂਦਾ, ਅੱਗੇ ਬਣਾ ਕੇ ਭੇਜਣਾ ਬਜਟ ਇਹਦਾ ਹੈਗਾ ਜੀ, ਉਹਨੂੰ ਰਿਕਰੂਟ ਕਰਤਾ ਜੀ, ਉੱਪਰੋਂ ਪਰਮਿਸ਼ਨ ਆਉਂਦੀ ਕਿ ਬਜਟ ਵਾਲਾ ਸੈਂਕਸ਼ਨ ਹੈ, ਫਿਰ ਤੁਸੀਂ ਜਾ ਕੇ ਉਹਨੂੰ ਉਹਨੂੰ ਕਰਦੇ ਹੋ ਕਰਕੇ ਰੱਖ ਸਕਦੇ ਹੋ, ਰਿਕਰੂਟ ਕਰ ਸਕਦੇ ਹੋ। ਹਾਂ, ਰਿਕਰੂਟ ਕਰਦੇ ਜਿਹਨੂੰ ਵੀ ਏਜੰਸੀ ਜਿਹੜੀ ਦਿੱਤਾ ਜੀ। ਐਕਚੁਲੀ ਜਦੋਂ ਤੋਂ ਹੋਇਆ ਕਿ ਮੇਰੀ ਪਰਮਿਸ਼ਨ ਦੀ ਲੋੜ ਨਹੀਂ ਹੁੰਦੀ ਜੀ ਜੀ। ਹਾਂ, ਮੈਂ ਸਿਰਫ ਮੈਂ ਹੈਗਾ ਕਿ ਮੈਂ ਉੱਥੇ ਅਧਿਕਾਰੀ ਹੈਗਾ, ਉਸ ਚੀਜ਼ ਨੂੰ ਵੇਖ ਰਿਹਾ ਮੈਂ ਕਿ ਆਪਣੇ ਪ੍ਰੋਗਰਾਮ ਨੂੰ। ਨਹੀਂ ਨਹੀਂ ਸਰ, ਬਟ ਤੁਹਾਡੀ ਪਰਮਿਸ਼ਨ ਤੋਂ ਲੋੜ ਹੋਣੀ ਸੀ ਨਾ, ਤੁਹਾਡੀ ਕੰਸੈਂਟ ਤੋਂ ਬਿਨਾਂ ਤਾਂ ਰੱਖੇ ਨਹੀਂ ਸੀ ਜਾ ਸਕਦੇ ਬੰਦੇ। ਕੰਸੈਂਟ ਇਸ ਤਰ੍ਹਾਂ ਹੁੰਦੀ, ਮੈਂ ਫਿਰ ਮੈਂ ਤਾਂ ਇਨਫੋਰਮ ਕੀਤਾ ਕਿ ਮੈਂ ਉੱਪਰ ਹੋਰ ਕਿ ਇਹਨਾਂ ਦਾ ਬਜਟ, ਇਹਨਾਂ ਨੂੰ ਤਨਖਾਹ ਕਿਵੇਂ ਦੇਣੀ ਹੈ ਜੀ, ਸੈਂਕਸ਼ਨ ਨਹੀਂ ਹੈਗੀ ਪੋਸਟ। ਨਹੀਂ ਸਰ, ਦੋ ਚੀਜ਼ਾਂ, ਇੱਕ ਤਾਂ ਸੈਂਕਸ਼ਨ ਨਹੀਂ ਹੈ, ਕਿਆ ਇਹਨਾਂ ਬੰਦਿਆਂ ਦੀ ਜ਼ਰੂਰਤ ਹੈਗੀ ਸੀਗੀ? ਮੇਰੇ ਦੇਖੋ, ਜੋ ਮੇਰੇ ਹਿਸਾਬ ਨਾਲ ਲੱਗਾ ਸੀ, ਜੇ ਅਸੀਂ ਡਿਮਾਂਡ ਆਪਣੀ ਦੇਖੀਏ ਤਾਂ ਸਾਡਾ ਲੋੜ ਨਹੀਂ ਸੀਗੀ ਉਸ ਸਮੇਂ ਤੇ, ਲੋੜ ਹੀ ਨਹੀਂ ਸੀ। ਹਾਂਜੀ, ਓਕੇ। ਤੇ ਅੱਛਾ ਡਾਕਟਰ ਸਾਹਿਬ, ਇੱਕ ਇਹ ਮਾਮਲਾ ਤੇ ਹੁਣ ਹਾਈ ਕੋਰਟ ਚਲਾ ਗਿਆ ਸ਼ਾਇਦ ਜੀ? ਨਹੀਂ ਜੀ, ਇਹਦਾ ਤੇ ਕਿਸੇ ਦੀ ਕੋਈ ਗੱਲ ਨਹੀਂ। ਹਾਂਜੀ, ਇਹ ਕੋਈ ਗੱਲ ਨਹੀਂ।
ਓਕੇ ਅੱਛਾ ਡਾਕਟਰ ਸਾਹਿਬ ਮੇਰੀ ਜਾਣਕਾਰੀ ਨਹੀਂ ਹੈ ਜੀ। ਅੱਛਾ ਇੱਕ ਡਾਕਟਰ ਸਾਹਿਬ ਇੱਕ ਰੌਲਾ ਬੜਾ ਪੈ ਰਿਹਾ ਜੀ ਕਿ ਜਾਅਲੀ ਡਿਗਰੀਆਂ ਦੇ ਵਿੱਚ ਕੁਝ ਕੁਝ ਬੰਦੇ ਕੰਮ ਕਰ ਰਹੇ ਨੇ ਸਾਡੇ ਕੁਝ ਕੁਝ ਡਿਗਰੀਆਂ ਪਹੁੰਚੀਆਂ। ਇਹ ਜਦੋਂ ਦਾ ਮੈਂ ਜੁਆਇਨ ਕੀਤਾ ਜੀ ਪਿਛਲੇ ਸਾਲ ਅਗਸਤ ਜੁਆਇਨ ਕੀਤਾ ਸੀ ਉਦੋਂ ਦਾ ਇਹ ਹੈਗਾ ਤੇ ਚੱਲਦਾ ਰਹਿੰਦਾ ਸੀ। ਇਹ ਸਿਸਟਮ ਇਸ ਤਰ੍ਹਾਂ ਹੋਇਆ ਜੀ ਕਿ ਗਵਰਨਮੈਂਟ ਨੇ ਇਹਨੂੰ ਆਊਟਸੋਰਸ ਕੀਤਾ ਹੋਇਆ ਜੀ ਪ੍ਰਾਈਵੇਟ ਕੰਪਨੀ ਨੂੰ ਜੀ ਤੇ ਉਹਨੂੰ ਕੰਟਰੈਕਟ ਦਾ ਸਾਈਨ ਕੀਤਾ ਕਿ ਉਹ ਸਾਨੂੰ ਜਿਹੜੇ ਵੀ ਸਾਨੂੰ ਜਿਹੜੇ ਸਟਾਫ ਨਰਸ ਜਾਂ ਡਾਟਾ ਐਂਟਰੀ ਓਪਰੇਟਰ ਜਾਂ ਕੋਈ ਜਿਹੜਾ ਵੀ ਜੀ ਫਾਰਮਾਸਿਸਟ ਜਾਂ ਜਿਸ ਤਰ੍ਹਾਂ ਵੀ ਕੋਈ ਵੀ ਚਾਹੀਦਾ ਹੈ ਅਸੀਂ ਉਹਨਾਂ ਨੂੰ ਨੰਬਰ ਦੱਸਾਂਗੇ ਸਾਨੂੰ ਇਹ ਕੁਆਲੀਫਿਕੇਸ਼ਨ ਵਾਲੇ ਬੰਦੇ ਚਾਹੀਦੇ। ਕੁਆਲੀਫਿਕੇਸ਼ਨ ਆਲਰੇਡੀ ਡਿਫਾਈਂਡ ਹੈਗੇ ਪੰਜਾਬ ਜੀ 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 ਤੇ ਉਹ ਏਜੰਸੀ ਜਿਹੜੀ ਨੂੰ ਅਸੀਂ ਤੁਹਾਨੂੰ ਬੰਦੇ ਸਪਲਾਈ ਕਰੇਗੀ ਜੀ। ਸਿਲੈਕਸ਼ਨ ਵਿੱਚ ਉਹਨਾਂ ਦੀ ਵੈਰੀਫਿਕੇਸ਼ਨ ਵਿੱਚ ਸਾਡਾ ਕੋਈ ਰੋਲ ਨਹੀਂਗਾ ਜੀ। ਉਹਨਾਂ ਦੇ ਕੰਟਰੈਕਟ ਦਾ ਕੋਈ ਲਿਖਿਆ ਤੇ ਉਹਨਾਂ ਨੇ ਵੈਰੀਫਾਈ ਕਰਕੇ ਚੈੱਕ ਕਰਕੇ ਐਗਰੀ ਐਗਰੀ ਸਰ ਮੰਨ ਗਿਆ ਬਟ ਜੇ ਤੁਹਾਡੇ ਨੋਟਿਸ ਆ ਜਾਵੇ ਵੀ ਕਿਸੇ ਨੇ ਜਾਅਲੀ ਡਿਗਰੀ ਦੇ ਉੱਤੇ ਨੌਕਰੀ ਲਈ ਹੈ ਪਿਛਲੇ ਸਾਲ ਮੈਂ ਜਦੋਂ ਜੁਆਇਨ ਕੀਤਾ ਮੈਂ ਪਤਾ ਲੱਗਾ ਕਿ 6-6 ਹਜ਼ਾਰ ਰੁਪਇਆ ਇਹਨਾਂ ਨੇ ਹਰ ਇੰਪਲੋਈ ਕੋਲੋਂ ਪੁਰਾਣੀ ਏਜੰਸੀ ਤੋਂ ਕਰਨ ਲੱਗਿਆ ਵੈਰੀਫਿਕੇਸ਼ਨ ਫੀਸ ਲਿੱਤੀ ਹੈ। ਅੱਛਾ ਜੀ ਵੈਰੀਫਿਕੇਸ਼ਨ ਫੀਸ ਦਾ ਮਤਲਬ ਹੁੰਦਾ ਕਿ ਇਹਨਾਂ ਨੇ ਸਾਰੇ ਇਹਨਾਂ ਦੀ ਕੁਆਲੀਫਿਕੇਸ਼ਨ ਵੈਰੀਫਾਈ ਕਰਨੀਆਂ ਸੀ ਇਹਨਾਂ ਦੇ ਐਂਟੀਸੀਡੈਂਟ ਠੀਕ ਨੇ ਜੀ ਜੀ ਜੀ। ਇਹ ਗੱਲ ਲੱਗੀ ਹੈ ਮੇਰੇ ਖਿਆਲ ਇਹਨਾਂ ਦੇ ਸ਼ੁਰੂ ਹੋਣ ਤੋਂ ਕੰਟਰੈਕਟ ਦੇ ਸ਼ੁਰੂ ਹੋਣ ਤੋਂ ਪਹਿਲਾਂ ਵੀ ਜੀ ਪਹਿਲੀ ਜੁਲਾਈ ਤੋਂ ਸ਼ੁਰੂ ਹੋਇਆ ਉਸ ਤੋਂ ਪਹਿਲੇ ਇਹਨਾਂ ਨੇ ਲੈ ਲਿਆ। ਓਕੇ ਵੈਰੀਫਾਈ ਵੀ ਇਹਨਾਂ ਨੇ ਮੈਂ ਅਸੀਂ ਬਾਰ ਬਾਰ ਇਹਨਾਂ ਕੋਲ ਮੰਗਦੇ ਰਹੇ ਹਾਂ ਚਿੱਠੀਆਂ ਲਿਖਦੇ ਰਹੇ ਹਾਂ ਇਹਨਾਂ ਨੇ ਸਾਨੂੰ ਕੋਈ ਸ਼ੇਅਰ ਨਹੀਂ ਕੀਤੀਆਂ ਕਿ ਵੈਰੀਫਿਕੇਸ਼ਨ ਕਿਹੜੀ ਕਿਹੜੀ ਕੀਤੀ ਨਹੀਂ ਕੀਤੀ ਮਤਲਬ ਕਰਵਾਈ। ਡਾਕਟਰ ਸਾਹਿਬ ਕਿੰਨੇ ਬੰਦੇ ਰੱਖੇ ਸੀ ਜੀ ਇਹਨਾਂ ਨੇ ਆਊਟਸੋਰਸ ਤੇ ਕੰਪਨੀ ਨੇ? ਨਹੀਂ ਮੈਨੂੰ ਇਹ ਨਹੀਂ ਮੈਂ ਕਹਿ ਸਕਦਾ ਇਹਨਾਂ ਨੇ ਕਿੰਨੇ ਬੰਦੇ ਰੱਖੇ 100-105 ਹੋਣਗੇ ਜਾਅਲੀ ਡਿਗਰੀਆਂ ਦੇ ਆਧਾਰ ਤੇ ਲੱਗੇ ਬੰਦੇ ਤੇ ਇਹ ਬੜਾ ਸਰਕਾਰ ਦਾ ਪ੍ਰਾਈਮ ਪ੍ਰੋਗਰਾਮ ਸੀਗਾ ਜਿਹੜੇ ਨੌਜਵਾਨ ਨਸ਼ਾ ਕਰਦੇ ਨੇ ਉਹਨਾਂ ਨੂੰ ਠੀਕ ਹੋਇਆ ਜਾਅਲੀ ਡਿਗਰੀਆਂ ਦੇ ਹਿਸਾਬ ਨਾਲ ਨਹੀਂ ਲੱਗਦਾ ਜੇ ਜਾਅਲੀ ਡਿਗਰੀਆਂ ਦੇ ਲੱਗੇ। ਮੈਂ ਜੇ ਹੀ ਕਰ ਰਿਹਾ ਨਾ ਜੇ ਹੀ ਕਹਿ ਰਿਹਾ ਸਰ ਮੈਂ ਦੇਖੋ ਮੇਰੇ ਕੋਲ ਕੁਝ ਡਿਗਰੀਆਂ ਮੈਂ ਦੱਸ ਕਹਿਣਾ ਬਿਲਕੁਲ ਠੀਕ ਹੈ ਜੀ। ਅਸੀਂ ਜੇ ਮੈਂ ਅਸੀਂ ਆਪਣੇ ਸਿਰ ਪੱਧਰ ਤੇ ਬੈਠ ਕੇ ਇਹਨਾਂ ਨੂੰ ਕੀਤਾ ਇਹਨਾਂ ਕੋਲੋਂ ਮੰਗਵਾਈਆਂ ਵੀ ਡਿਗਰੀਆਂ ਪਰ ਅਸੀਂ ਅੱਗੋਂ ਕਰਨ ਵਾਸਤੇ ਸਾਨੂੰ ਅਸੀਂ ਉਹ ਕਰਨਾ ਪੈਣਾ ਅੱਗੋਂ ਇਹਦੀ ਫੀਸ ਹੁੰਦੀ ਹੈ ਜਿਹੜੀ ਯੂਨੀਵਰਸਿਟੀ ਨੂੰ ਲਿਖ ਕੇ ਭੇਜਣੀ ਪੈਂਦੀ ਹੈ। ਸਰ ਸਰ ਮੇਰੇ ਕੋਲ ਨਾ ਕੁਛ ਡਿਗਰੀਆਂ ਦੀ ਕਾਪੀ ਆਈ ਹੈ ਮੈਂ ਤੁਹਾਨੂੰ ਪਾ ਦਿੰਦਾ ਉਹਦੇ ਚ ਉਹਨਾਂ ਨੇ ਲਿਖ ਕੇ ਭੇਜਿਆ ਵੀ ਇਹ ਕੁਛ 2-3 ਡਿਗਰੀਆਂ ਹੈਗੀਆਂ ਵੀ ਇਹਨਾਂ ਨੇ ਲਿਖ ਕੇ ਭੇਜਿਆ ਵੀ ਜਿਹੜੇ ਕੋਰਸਿਸ ਨੇ ਅਸੀਂ ਕਰਾਉਂਦੇ ਹੀ ਨਹੀਂ ਮਤਲਬ ਇਹ ਡਿਗਰੀਆਂ ਫੇਕ ਨੇ। ਮੈਂ ਐਕਚੁਅਲੀ ਇਸ ਜਿਹੜਾ ਸਿੱਖਿਆ ਦੇ ਪਿਓ ਸਾਨੂੰ ਚਾਰ ਪੰਜ ਬੰਦਿਆਂ ਦਾ ਇਸ ਤਰ੍ਹਾਂ ਪਤਾ ਲੱਗਿਆ ਜੀ ਇਹਨਾਂ ਦੇ ਡਿਗਰੀਆਂ ਫੇਕ ਹੈਗੀਆਂ ਜੀ ਇਨਫੈਕਟ 2 ਦਿਨ ਪਹਿਲੇ ਹੀ ਇਹਦੇ ਰਿਟਨ ਡਾਕੂਮੈਂਟੇਸ਼ਨ ਆਈ ਹੈ ਜੀ ਤੇ ਡਾਕਟਰ ਸਾਹਿਬ ਫਿਰ ਕ
ਬੇਸਿਕਲੀ ਤਾਂ 420 ਹੈ ਨਾ ਜੀ ਸਰਕਾਰ ਦੇ ਨਾਲ? ਬਿਲਕੁਲ ਜੀ ਬਿਲਕੁਲ 420 ਦੇ ਦੱਸੇ, ਮਤਲਬ ਹੁਣ ਤਾਂ ਮੇਰਾ ਖਿਆਲ ਹੈ ਕਿ 420 ਦੀ ਸ਼ਾਇਦ ਨੋਰਮ ਬਦਲ ਗਈ ਹੈ ਨਵੇਂ ਲਾਅ ਦੇ ਵਿੱਚ, ਮੈਂ ਭੁੱਲ ਗਿਆ ਜੀ ਇਹਨਾਂ ਲਾਅ ਤਾਂ ਨਹੀਂ ਜਾਣਦਾ, ਪਰ ਜੇ ਤੁਸੀਂ ਇੱਕ ਗਲਤ ਧੋਖਾਧੜੀ ਹੈ ਡਾਕਟਰ ਸਾਹਿਬ ਕਹਿਣ ਦਾ ਮਤਲਬ ਧੋਖਾਧੜੀ, ਹਾਂਜੀ ਹਾਂਜੀ ਬਿਲਕੁਲ ਜੀ ਬਿਲਕੁਲ। ਅੱਛਾ ਡਾਕਟਰ ਸਾਹਿਬ ਇੱਕ ਸਵਾਲ ਸਰ ਹੋਰ ਹੈ ਮੇਰਾ ਜੀ, ਜਦੋਂ ਇਹ 22 ਬੰਦੇ ਭਰਤੀ ਕੀਤੇ ਗਏ ਸੀਗੇ ਡਾਕਟਰ ਸਾਹਿਬ ਜੀ ਜੀ, ਭਰਤੀ ਜੋ ਮੇਰੀ ਜਾਣਕਾਰੀ ਹੈ ਵੀ ਉਸ ਵੇਲੇ ਦੇ ਸਿਵਲ ਸਰਜਨ ਡਾਕਟਰ ਕਮਲਪਾਲ ਨੇ ਭਰਤੀ ਕਰਨ ਵਾਸਤੇ ਉਹ ਤਰਨ ਤਾਰਨ ਦੇ ਡਿਪਟੀ ਕਮਿਸ਼ਨਰ ਦੀ ਮਨਜ਼ੂਰੀ ਮੰਗੀ ਸੀ,
ਜਾਂ ਉਹਨਾਂ ਨੇ ਵੀ ਨਹੀਂ ਇਹ ਸਮਝਿਆ ਠੀਕ ਵੀ ਇਹ ਬੰਦਿਆਂ ਨੂੰ ਰੱਖਣਾ ਕਿਸ ਤਰ੍ਹਾਂ ਹੈ, ਇਹ ਬੰਦਿਆਂ ਦੀ ਜ਼ਰੂਰਤ ਹੈ ਕਿ ਨਹੀਂ ਹੈ, ਕਿਆ ਇਹ ਬੰਦਿਆਂ ਨੂੰ ਜੇ ਰੱਖ ਲਾਂਗੇ ਤੇ ਅਸੀਂ ਪੈਸੇ ਕਿੱਥੋਂ ਦੇਣੇ ਆ? ਭੰਡਾਰੀ ਸਾਹਿਬ ਮੇਰੀ ਜਾਣਕਾਰੀ ਹੈ ਤੇ ਡਿਪਟੀ ਕਮਿਸ਼ਨਰ ਸਾਹਿਬ ਦੀ ਕੋਈ ਮਜ਼ਦੂਰੀ ਲਿੱਤੀ ਨਹੀਂ ਸੀਗੀ। ਅੱਛਾ, ਡਿਪਟੀ ਕਮਿਸ਼ਨਰ ਸਾਹਿਬ ਦੀ ਕੋਈ ਮਜ਼ਦੂਰੀ ਨਹੀਂ? ਠੀਕ ਹੈ, ਜਿਸ ਤੱਕ ਮੇਰੀ ਜਾਣਕਾਰੀ। ਓਕੇ, ਮਤਲਬ ਵੈਸੇ ਉਹਨਾਂ ਦੀ ਮਜ਼ਦੂਰੀ ਲੈਣੀ ਜ਼ਰੂਰੀ ਸੀਗੀ? ਐਕਚੁਅਲੀ ਸਟ੍ਰਿਕਟ ਮੈਂਟਲ ਹੈਲਥ ਸੋਸਾਇਟੀ ਹੁੰਦੀ ਹੈ ਜੀ। ਹਾਂਜੀ, ਇਹ ਉਹਦੇ 'ਚ ਹੁੰਦਾ ਕਿ ਡਿਮਾਂਡ ਜਨਰੇਟ ਕੀਤੀ ਜਾਏ ਕਿ ਇੱਥੇ ਇੱਥੇ ਬੰਦਿਆਂ ਦੇ ਇੰਨੇ ਬੰਦੇ ਲੋੜ ਹੈਗੀ ਹੈ ਜੀ, ਤੇ ਉਸ ਤੋਂ ਬਾਅਦ ਬੰਦੇ ਰੱਖੇ ਜਾਣਗੇ। ਅੱਛਾ ਅੱਛਾ, ਡਾਕਟਰ ਸਾਹਿਬ ਇਹ ਕਿਵੀ ਨਹੀਂ ਸਮਝ ਲੱਗੀ ਵੀ ਤੁਸੀਂ ਉਦੋਂ ਐਕਸ ਇੰਡੀਆ ਲੀਵ 'ਤੇ ਸੀ, ਤੁਸੀਂ ਚਿੱਠੀ ਵੀ ਲਿਖੀ ਵੀ ਮੈਂ ਬਾਹਰ ਗਿਆ ਹਾਂ, ਮੈਨੂੰ ਪੁੱਛਿਆ ਵੀ ਨਹੀਂ ਗਿਆ, ਤੁਸੀਂ ਉੱਥੇ ਪ੍ਰੋਗਰਾਮ ਆਫਿਸਰ ਹੋਏ ਦੇ, ਤੁਹਾਡੇ ਅੰਡਰ ਚੱਲਦਾ ਸਾਰਾ ਇਹ ਕੰਮ ਜੀ, ਤੇ ਤੁਹਾਡੀ ਕੰਸੈਂਟ ਲੈਣ ਤੋਂ ਬਿਨਾਂ ਹੀ ਇੱਕ ਕਾਹਦੀ ਕਾਹਲੀ ਸੀ ਵੀ ਇਹਨੇ ਵੀ ਇਹਦੇ ਇਹ ਬੰਦੇ ਰੱਖ ਲਏ ਜਾਣ? ਇਹ ਤੇ ਇਸ ਬਾਰੇ ਪੰਡਾਰੀ ਸਾਹਿਬ ਮੈਂ ਤੇ ਕੁਛ ਨਹੀਂ ਕਹਿ ਸਕਦਾ ਕਿ ਕਾਹਲੀ ਕਿਸ ਗੱਲ ਦੀ ਸੀ ਜੀ। ਮੈਂ ਕਿਉਂਕਿ ਤੁਹਾਡੇ ਆਉਣ ਦਾ ਇੰਤਜ਼ਾਰ ਕੀਤਾ ਜਾ ਸਕਦਾ ਸੀ ਵੀ ਤੁਸੀਂ ਆ ਜਾਓ ਤੇ ਫਿਰ ਆਪਾਂ ਗੱਲ ਕਰਕੇ ਰੱਖ ਲਈਏ। ਮੈਂ ਤੁਹਾਨੂੰ ਕਹਿਣਾ ਪਿਆ ਕਿ ਮੇਰੇ ਹਿਸਾਬ ਨਾਲ ਜਦੋਂ ਮੇਰੇ ਮਤਲਬ ਜਿੰਨੇ ਤੱਕ ਮੈਂ ਉਹ ਪ੍ਰੋਗਰਾਮ ਨੂੰ ਸਮਝਿਆ, ਸਾਨੂੰ ਉਸ ਟਾਈਮ ਤੇ ਕੋਈ ਇਸ ਤੱਕ ਕੋਈ ਨਾ ਐਮਰਜੈਂਸੀ ਸੀ ਕਿ ਅਸੀਂ ਰੱਖੀਏ ਜੀ। ਰਿਕਮੈਂਡ ਵੀ ਇਹੋ ਕਰਕੇ ਮੈਂ ਭੇਜਿਆ ਸੀ ਕਿ ਮੈਂ ਸਾਨੂੰ ਇਸ ਟਾਈਮ ਤੇ ਕੋਈ ਲੋੜ ਨਹੀਂ ਗੀ ਤੁਹਾਨੂੰ ਜੀ ਜੀ ਤੇ। ਅੱਛਾ ਅੱਛਾ, ਡਾਕਟਰ ਸਾਹਿਬ ਇੱਕ ਹੋਰ ਦੱਸੋ, ਜਿਹੜਾ ਉਹ ਫੇਕ ਆਇਡੈਂਟੀਆਂ ਦੇ ਉੱਤੇ ਜਿਹੜੀ ਉਹ ਗੋਲੀਆਂ ਸੀਗੀਆਂ ਖਵਾਈਆਂ ਜਾਂਦੀਆਂ, ਜਿਵੇਂ ਡਾਕਟਰ ਸਾਹਿਬ ਕਹਿੰਦੇ ਸੀ ਵੀ ਪਹਿਲੇ 24,000 ਗੋਲੀ ਰੋਜ਼ ਦੀ ਸੀ, ਫਿਰ ਬਾਅਦ ਚੋਂ ਮੈਂ ਕਹਿੰਦੇ ਫੇਕ ਜਾਲੀ ਆਈਡੀਆਂ ਫੜ ਲਈਆਂ। ਸਰ ਮੇਰਾ ਸਵਾਲ ਸਰ ਕਿੱਥੋਂ ਲਿੱਤਾ ਤੁਸੀਂ ਸਰ? ਨਹੀਂ ਇਹ ਮੈਨੂੰ ਤਾਂ ਉਹਨਾਂ ਨੇ ਦਿੱਤਾ ਜੀ, ਡਾਕਟਰ ਸਿਵਲ ਸਰਜਨ ਜਿਹੜੇ ਕਮਲ ਸੀਗੇ, ਡਾਕਟਰ ਕਮਲਪਾਲ ਨੇ, ਉਹਨਾਂ ਨੇ ਦੱਸੀ ਸਾਰੀ ਗੱਲ। ਤੁਸੀਂ ਦੇਖੋ ਜਿਹੜਾ ਡਾਟਾ ਜਿਹੜਾ ਹੈਗਾ ਤੁਸੀਂ ਅਥੈਂਟੀਕੇਟ ਕਰਕੇ ਕਰਨੀ ਸੀ ਤੁਸੀਂ ਗੱਲ, ਤੁਹਾਨੂੰ ਫਿਰ ਤਾਂ ਮਤਲਬ ਨਹੀਂ ਨਹੀਂ ਡਾਕਟਰ ਸਾਹਿਬ ਸੁਣੋ ਮੇਰੀ ਗੱਲ, ਡਾਕਟਰ ਸਾਹਿਬ ਦੇਖੋ ਗੱਲ, ਸਿਵਲ ਸਰਜਨ ਅਥੈਂਟੀਕੇਟਡ ਅਥਾਰਟੀ ਹੁੰਦੀ ਹੈ ਜੀ ਆਪਣੇ ਆਪ 'ਚ, ਉਹ ਸਿਵਲ ਸਰਜਨ ਦੀ ਇੱਕ ਅਥਾਰਟੀ ਹੈ, ਉਹਦੇ ਕਹਿ ਦੇ ਗੱਲ ਤੁਹਾਨੂੰ ਮੰਨਣਾ ਪੈਂਦਾ। ਮੇਰੀ ਸਰ ਮੇਰੀ 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 ਗੱਲ ਸਰ ਸੁਣ ਲਓ, ਜੇ ਤੁਸੀਂ ਸਰ ਜੇ ਮੈਨੂੰ ਕੁਛ ਕਹਿ ਰਹੇ ਹੋ, ਤੁਸੀਂ ਡੀ ਐਮ ਸੀ ਹੋ, ਤੁਸੀਂ ਕਹਿ ਰਹੇ ਹੋ ਕੋਈ ਸਿਵਲ ਸਰਜਨ ਕਹਿ ਰਹੇ ਜਾਂ ਕੋਈ ਜ਼ਿਲ੍ਹੇ ਦਾ ਡਿਪਟੀ ਕਮਿਸ਼ਨਰ ਕਹਿ ਰਹੇ ਹੈ, ਮੈਨੂੰ ਤੇ ਉਹ ਗੱਲ ਤਾਂ ਯਕੀਨ ਕਰਨਾ ਪਏਗਾ ਨਾ ਜੀ। ਮੈਨੂੰ ਇਹ ਤਾਂ ਹੈਗਾ ਨੀ, ਮੈਂ ਉਹਨਾਂ ਨੂੰ ਕਹਾਂ ਜੀ ਤੁਸੀਂ ਮੈਨੂੰ ਦਿਖਾਓ, ਉਹਨਾਂ ਕੋਲ ਜਾਲੀ ਆਈਡੀਆਂ ਭੇਜੀਆਂ ਵੀ ਸੀ ਮੈਨੂੰ ਜੀ ਤੁਹਾਡਾ ਕਹਿਣਾ, ਤੁਹਾਡਾ ਕਹਿਣਾ ਵੀ ਗਲਤ ਨਹੀਂ ਹੈਗਾ। ਮੈਂ ਹੁਣ ਇਹ ਮੈਂ ਕਮੈਂਟ ਨਹੀਂ ਕਰ ਸਕਦਾ ਕਿ ਕਿਉਂ ਕਿਹਾ ਗਿਆ, ਕਿਉਂਕਿ ਸਾਨੂੰ ਗਰਾਊਂਡ ਲੈਵਲ ਤੇ ਇਹੋ ਜਿਹੀ ਕੋਈ ਸਿਚੁਏਸ਼ਨ ਨਹੀਂ ਮਿਲੀ। ਤੇ ਹੁਣ ਹੁਣ ਡਾਕਟਰ ਸਾਹਿਬ ਕਿੰਨੇ ਕਿੰਨੇ ਮਰੀਜ਼ ਦੇਖੋ, ਇਸ ਤਰ੍ਹਾਂ ਹੈਗਾ, ਦੇਖੋ ਪੁਰਾਣੇ ਆਧਾਰ ਕਾਰਡ ਦੇ ਤੇ ਬੱਚੇ ਬੱਚੇ ਦੀ ਫੋਟੋ ਹੈ, ਆਧਾਰ ਕਾਰਡ ਦੀ ਫੋਟੋ ਨਹੀਂ ਹੋਈ, ਕਿਤੇ ਫਟੇ ਹੋਏ ਆਧਾਰ ਕਾਰਡ ਹੈਗੇ, ਕਿਉਂਕਿ ਇਹ ਸਾਰਾ ਆਧਾਰ ਕਾਰਡ ਉੱਪਰ ਆਈਡੈਂਟੀ ਆਈਡੈਂਟੀਫਿਕੇਸ਼ਨ ਬੇਸ ਹੈਗੀ, ਇੱਥੇ ਫੋਟੋ ਲੱਗੀ ਹੁੰਦੀ ਪੇਸ਼ੈਂਟ ਜੀ ਜੀ, ਤੇ ਉਹਨੂੰ ਅਥੈਂਟੀਕੇਟ ਕਰਕੇ ਹੀ ਕੰਪਿਊਟਰਾਈਜ਼ ਕਰਕੇ ਦਵਾਈ ਦਿੱਤੀ ਜਾਂਦੀ, ਤੇ ਦਵਾਈਆਂ ਸਾਡੀਆਂ ਬਹੁਤ ਜ਼ਿਆਦਾ ਨਹੀਂ ਦਿੱਤੀਆਂ ਜਾਂਦੀਆਂ ਜੀ, ਇੱਕੀਆਂ ਦੋ ਤਰ੍ਹਾਂ ਦੀ ਦਵਾਈ ਦਿੰਦੇ ਹਾਂ। ਅੱਛਾ ਡਾਕਟਰ ਸਾਹਿਬ, ਹੁਣ ਕਿੰਨੀ ਗੋਲੀ ਰੋਜ਼ ਦਿੱਤੀ ਜਾ ਰਹੀ ਜੀ ਐਬੂਪ੍ਰੀਨੋਫਿਨ ਦੀ? ਮੈਂ ਇਹਦੇ ਬਾਰੇ ਮੈਂ ਨਾ ਐਗਜੈਕਟਲੀ ਤੁਹਾਨੂੰ ਦੱਸ ਨਹੀਂ ਸਕਦਾ, ਬਟ ਉਹ ਕੋਈ ਆਊਟ ਆਫ ਨੋਰਮਸ ਨਹੀਂ ਹੈਗੀ, ਨਾ ਘਟੀਆਂ ਤੇ ਨਾ ਕੋਈ ਵਧੀਆ। ਓਕੇ, ਜੋ ਚੱਲੇ ਚੱਲਦਾ ਵੈਸੇ ਪਿਛਲੇ 6-8 ਮਹੀਨੇ ਦਾ ਸੀ, 8 ਮਹੀਨੇ ਦਾ ਦੇਖਿਆ। ਮਤਲਬ ਜਿਹੜੇ ਫਿਰ ਡਾਕਟਰ ਕਮਲ ਸਿੱਧੂ ਜਿਹੜੇ ਸਿਵਲ ਸਰਜਨ ਸੀਗੇ ਉਸ ਵੇਲੇ, ਉਹਨਾਂ ਨਾਲ ਮੈਂ ਇੰਟਰਵਿਊ ਵੀ ਕੀਤਾ ਸੀ ਉਹਨਾਂ ਦਾ, ਇਹਦਾ ਮਤਲਬ ਉਹ ਝੂਠ ਬੋਲਦੇ ਸੀਗੇ? ਮੈਂ ਨਹੀਂ ਭੰਡਾਰੀ ਸਾਹਿਬ, ਮੈਂ ਇੰਟਰਵਿਊ ਸੁਣਿਆ ਨਹੀਂ, ਮੈਚ ਕਰਕੇ ਕਮੈਂਟ ਨਹੀਂ ਕਰ ਸਕਦਾ ਕੀ ਕਿਹਾ ਉਹਨਾਂ ਨੇ। ਚਲੋ ਠੀਕ ਹੈ ਡਾਕਟਰ ਸਾਹਿਬ, ਧੰਨਵਾਦ ਸਾਡੇ ਨਾਲ ਗੱਲ ਕਰਨ ਲਈ। ਸੁਣ ਲਿਆ ਡਾਕਟਰ ਸੰਦੀਪ ਕਾਲਾ, DMC ਜਿਹੜੇ ਨੇ ਤਰਨ ਤਾਰਨ ਦੇ, ਉਹ ਕੀ ਕਹਿ ਰਹੇ ਨੇ, ਫਿਰ ਗੱਲਾਂ ਦਾ ਗੋਲਮੋਲ ਜਵਾਬ ਦਿੰਦੇ ਨੇ, ਪਰ ਸਵਾਲ ਸਭ ਤੋਂ ਵੱਡਾ ਇਹ ਹੈ ਨੁਕਸਾਨ ਕਿਹਦਾ ਹੋ ਰਿਹਾ? ਨੁਕਸਾਨ ਹੋ ਰਿਹਾ ਜਨਤਾ ਦਾ, ਨੁਕਸਾਨ ਹੋ ਰਿਹਾ ਸਰਕਾਰ ਦਾ, ਨੁਕਸਾਨ ਹੋ ਰਿਹਾ ਪੂਰੇ ਸਿਸਟਮ ਦਾ ਅਤੇ ਆਉਣ ਵਾਲੀਆਂ ਨਸਲਾਂ ਦਾ। ਇਹ ਨਹੀਂ ਤੇ ਇਹ ਸਾਨੂੰ ਤਾਂ ਕਿਹੋ ਜਿਹੀ ਲੱਗਦਾ ਵੀ ਇਹ ਪੰਜਾਬ ਨੂੰ ਮਤਲਬ ਬਾਕੀ ਇਸ ਮੁਲਕ ਨੂੰ ਰੱਬ ਚਲਾ ਰਿਹਾ। ਦੇਖੋ 31 ਮਾਰਚ ਨੂੰ ਕੰਪਨੀ ਦਾ ਠੇਕਾ ਇਹਦਾ ਵੀ ਖਤਮ ਹੋ ਜਾਂਦਾ, ਅਤੇ ਇਲੈਕਸ਼ਨ ਕੋਰਟ ਕਰਕੇ 6 ਮਹੀਨੇ ਦਾ ਕੰਟਰੈਕਟ ਵਧਾ ਦਿੰਦੇ ਆ ਜੀ। 4 ਦਿਨ ਇਹਨੂੰ ਇੱਕ ਚਿੱਠੀ ਦਿੰਦੇ ਆ ਵੀ ਜਿੰਨ ਚਿਰ ਨਵੀਂ ਕੰਪਨੀ ਦਾ ਕੋਈ ਠੇਕਾ ਠੁਕਾ ਤੂੰ ਕੰਮ ਕਰਦਾ ਰਿਹਾ DMC ਸਾਹਿਬ।
ਉਹਨੇ ਜੋ ਰੁਪ ਲਾਇਆ ਦਵਿੰਦਰ ਸਿੰਘ ਨੇ ਕੰਪਨੀ ਦੇ ਡਿਪਟੀ ਡਾਇਰੈਕਟਰ ਨੇ, ਉਹ ਕਹਿੰਦੇ ਵੀ 4 ਜੁਲਾਈ ਨੂੰ ਹੀ ਇੱਕ ਚਿੱਠੀ ਲਿਖ ਦਿੰਦੇ ਡਾਇਰੈਕਟਰ ਡੀ ਐਚ ਐਸ ਨੂੰ, ਡਾਇਰੈਕਟਰ ਨੂੰ ਵੀ ਇਨੋਵਿਜ਼ਨ ਕੰਪਨੀ ਹੈਗੀ ਆ, ਉਹ ਕਹਿੰਦਾ ਵੀ ਇਹਨਾਂ ਦੀ ਖਸਮ ਖਾਸ ਆ ਜੀ ਇਨੋਵਿਜ਼ਨ, ਕਹਿੰਦੇ ਵੀ ਉਹ ਲਿਖਦੇ ਆ ਡੀ ਐਮ ਸੀ ਸਾਹਿਬ ਵੀ ਉਹਨੂੰ ਠੇਕਾ ਦੇ ਦਿੱਤਾ ਜਾਵੇ ਜੀ, ਅੱਛਾ ਵੀ ਕੰਮ ਸੁਚਾਰੂ ਕਰ ਕੀਤਾ ਜਾਵੇ। ਉਹ ਕਹਿੰਦਾ ਵੀ ਇਹਨਾਂ ਕੀ ਲੈਣਾ, ਕਿਹੜੀ ਕੰਪਨੀ ਨੂੰ ਸਰਕਾਰ ਨੇ ਠੇਕਾ ਦੇਣਾ, ਵੀ ਇੱਕ ਬੰਨੇ ਮੈਨੂੰ ਕਹਿੰਦੇ ਚਲਾਈ ਜਾ ਕੰਮ, ਜਿੰਨ ਚਿਰ ਨਵਾਂ ਠੇਕਾ ਨਹੀਂ ਹੁੰਦਾ ਇੱਕ ਬੰਨੇ ਉਹ ਕੰਪਨੀ ਰਿਵਾਜ ਕਰਨ ਡੇ ਆ। ਆਉਂਦਾ ਵੀ ਆਉਂਦਾ ਵੀ ਭੱਗੂਪੁਰ ਸੈਂਟਰ ਕਈ ਸਾਲਾਂ ਤੋਂ ਬੰਦ ਸੀ ਅਤੇ ਡੀ ਸੀ ਵੱਲੋਂ ਮਨਜ਼ੂਰੀ ਮਿਲਣ ਤੋਂ ਬਾਅਦ ਆਦੇਸ਼ਾਂ ਦੇ ਵਿੱਚ ਆਉਂਦੇ ਵੀ ਸੈਂਟਰ ਦੁਬਾਰਾ ਚਾਲੂ ਕੀਤਾ ਅਤੇ ਉਹਦੇ ਲਈ ਮੈਨ ਪਾਵਰ ਚਾਹੀਦੀ, ਅਤੇ ਸੀ ਐੱਸ ਜਿਹੜੇ ਉਦੋਂ ਕਮਲਪਾਲ ਸਿੱਧੂ ਉਹਨਾਂ ਨੇ 22 ਬੰਦੇ ਭਰਤੀ ਕਰ ਲਏ ਅਤੇ 21 ਮਾਰਚ ਨੂੰ ਕਹਿੰਦੇ ਬੰਦੇ ਡੀ ਐੱਮ ਸੀ ਸਾਹਿਬ ਵਾਪਸ ਆ ਗਏ, ਵਿਦੇਸ਼ ਗਏ ਹੋਏ ਸੀ। 30 ਅਪ੍ਰੈਲ ਤੱਕ ਕਹਿੰਦੇ ਬੋਲੇ ਕੁਛ ਨਹੀਂ, ਅਤੇ ਜਦੋਂ ਡੀ ਸੀ ਨੇ ਭਗਤੀ ਦੀ ਮਨਜ਼ੂਰੀ ਕੀਤੀ ਸੀ ਆ ਕੇ ਇਹਨਾਂ ਖਿਲਾਫ਼ ਲਿਖਣਾ ਸ਼ੁਰੂ ਕਰਤਾ ਅਤੇ ਇਹਨਾਂ ਨੂੰ ਕਢਾ ਤਾ। ਹੁਣ ਜਿਹੜਾ ਸਰਕਾਰ ਨੇ ਜਵਾਬ ਦਿੱਤਾ, ਜਵਾਬ ਹੈਗਾ ਸੀ, ਮੈਂ ਇੱਕ ਕਰਦੇ ਹਾਂ, ਕਾਲਾ ਸਾਹਿਬ ਨਾਲ ਮੇਰੀ ਗੱਲ ਹੋਈ ਹੈ, ਜਿਹੜੇ ਡੀ ਐੱਮ ਸੀ ਉਹ ਕਹਿੰਦੇ ਵੀ ਡੀ ਸੀ ਸਾਹਿਬ ਕੋਲ ਮਨਜ਼ੂਰੀ ਲਈ ਨਹੀਂ ਗਈ, ਇਹਦੇ ਵਿੱਚ ਵੀ ਇੱਕ ਬਹੁਤ ਵੱਡਾ ਚੋਰ ਹੈ। ਹਾਂ ਇਹ ਕਹਿੰਦਾ ਉਹ ਇਹਨੂੰ ਡਿਨਾਈ ਕਰ ਰਹੇ ਉਹਨਾਂ ਨੇ, ਮੈਂ ਹਾਂ ਫਿਰ ਦਵਿੰਦਰ ਸਿੰਘ ਨੂੰ ਦੇਣੀ ਚਾਹੀਦੀ ਮਨਜ਼ੂਰੀ ਦੀ ਕਾਪੀ ਨਾਲ। ਕਹਿੰਦੇ ਡਬਲ ਬੈਂਚ 'ਤੇ ਲੱਗਾ ਜਸਟਿਸ ਅਰੁਣ ਪੱਲੀ ਅਤੇ ਜਸਟਿਸ ਵਿਕਰਮ ਕੋਲ ਕੇਸ। ਹੁਣ 2 ਅਗਸਤ ਨੈਕਸਟ ਡੇਟ ਪਈ ਆ, ਵੇਖੋ ਸਰਕਾਰ ਹੁਣ ਕੀ ਜਵਾਬ ਦਿੰਦੀ ਆ, ਰਕੇਸ਼ ਜੀ ਇੱਕ ਗੱਲ ਇਹ ਕੋਰਟ ਕਿੱਧਰ ਜਾਂਦਾ, ਕੀ ਫੈਸਲਾ ਦਿੰਦਾ। ਰਕੇਸ਼ ਜੀ ਇੱਕ ਗੱਲ 'ਤੇ ਤੈਅ ਵੀ ਅਫਸਰ ਕਿਸੇ ਵੀ ਡਿਪਾਰਟਮੈਂਟ ਦਾ ਹੋਵੇ ਉਹ ਸਰਕਾਰ ਨੂੰ ਟਿੱਚ ਜਾਂਦਾ, ਕਿਉਂਕਿ ਅਫਸਰ ਨੂੰ ਪਤਾ ਮੈਨੂੰ ਕੀ ਕਰ ਦਿਓਗੇ ਤੁਸੀਂ, ਸਸਪੈਂਡ ਕਰ ਦਿਓ ਜਾਂ ਬਦਲ ਦਿਓਗੇ। ਇਸੇ ਕਰਕੇ ਸਾਡੇ ਪੰਜਾਬ ਦਾ ਹੀ ਨਹੀਂ ਸਾਡੇ ਮੁਲਕ ਦਾ ਪੱਠਾ ਹੀ ਇਸੇ ਕਰਕੇ ਬਹਿ ਗਿਆ। ਜੇ ਇਹਨਾਂ ਨੂੰ ਪਤਾ ਹੋਵੇ ਨਾ ਵੀ ਸਾਡੀ ਕੋਈ ਅਕਾਊਂਟੇਬਿਲਟੀ ਹੈ, ਸਾਡੇ 'ਤੇ ਕੋਈ ਕਾਰਵਾਈ ਹੋਏਗੀ, ਸਾਨੂੰ ਡਿਸਮਿਸ ਕੀਤਾ ਜਾਏਗਾ, ਜਾਂ ਜਾਅਲੀ ਡਿਗਰੀਆਂ ਦੇ ਆਧਾਰ 'ਤੇ ਜਿਹੜੇ ਬੰਦੇ ਨੌਕਰੀਆਂ ਕਰੀ ਜਾਂਦੇ ਨੇ ਜੇ ਉਹ ਫੜੇ ਗਏ ਤਾਂ ਸਾਡੀ ਨੌਕਰੀ ਵੀ ਜਾ ਸਕਦੀ ਹੈ, ਫਿਰ ਤਾਂ ਹੋਏਗੀ ਕੋਈ ਸੁਧਾਰ ਆਏਗਾ, ਅਤੇ ਨਹੀਂ ਤਾਂ ਰੱਬ ਹੀ ਰੱਖਿਆ ਰਾਮ ਭਰੋਸੇ ਕੰਮ ਚੱਲਣਾ। ਅਸੀਂ ਤਾਂ ਲੋਕਾਂ ਜੀ ਇਹਦੇ ਅਸਲ ਵਾਲਾ ਵਿਚਾਰਾ ਸੜਕਾਂ ਦੇ ਧੱਕੇ ਖਾ ਰਿਹਾ ਅਤੇ ਜਾਅਲੀ ਡਿਗਰੀਆਂ ਵਾਲੇ ਨੌਕਰੀ ਲੱਗੇ ਆ, ਵਾਕਈ ਸਰਕਾਰ ਬਦਲਾਵ ਆ ਗਿਆ। ਚਲੋ ਅਸੀਂ ਤਾਂ ਜੋ ਤੱਥ ਨੇ ਉਹ ਜਨਤਾ ਦੇ ਸਾਹਮਣੇ ਰੱਖਦੇ ਨੇ, ਫੈਸਲਾ ਅਸੀਂ ਵਾਰ ਵਾਰ ਕਹਿੰਦੇ ਹਾਂ ਤੁਸੀਂ ਲੈਣਾ, ਤੁਸੀਂ ਮਤ ਸਮਝੋ ਇਹ ਜਿਹੜੀਆਂ ਖਬਰਾਂ ਅਸੀਂ ਤੁਹਾਨੂੰ ਦੱਸਦੇ ਹਾਂ ਤੁਹਾਡਾ ਇਹਨਾਂ ਨਾਲ ਕੋਈ ਲੈਣਾ ਦੇਣਾ ਨਹੀਂ ਹੈ, ਬਿਲਕੁਲ ਲੈਣਾ ਦੇਣਾ। ਜੇ ਤੁਸੀਂ ਆਪਣੇ ਬੱਚਿਆਂ ਦਾ ਬਿਹਤਰ ਭਵਿੱਖ ਬਣਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਬਿਲਕੁਲ ਇਹਨਾਂ ਦੇ ਉੱਤੇ ਗੌਰ ਕਰਨਾ ਚਾਹੀਦਾ ਇਹਨਾਂ ਖਬਰਾਂ ਦੇ ਉੱਤੇ, ਕਿਉਂਕਿ ਇਹ ਬਿਲਕੁਲ ਜੋ ਅਸੀਂ ਤੁਹਾਨੂੰ ਦੱਸ ਰਹੇ ਹਾਂ ਇਹ ਚੀਜ਼ਾਂ ਤੱਥਾਂ ਦੇ ਆਧਾਰ 'ਤੇ ਹੁੰਦੀਆਂ, ਕੋਈ ਮਨ ਘੜੰਤ ਕਹਾਣੀਆਂ ਨਹੀਂ ਹੁੰਦੀਆਂ, ਅਤੇ ਨੁਕਸਾਨ ਜਨਤਾ ਦਾ ਹੋ ਰਿਹਾ, ਪੈਸਾ ਤਾਂ ਇਹ ਲੁੱਟ ਰਹੇ ਨੇ, ਪਹਿਲੇ ਵੀ ਲੁੱਟਦੇ ਰਹੇ ਅਤੇ ਹੁਣ ਵੀ ਲੁੱਟ ਰਹੇ ਨੇ, ਜੇ ਤੁਸੀਂ ਨਾ ਜਾਗੇ ਤਾਂ ਅੱਗੋਂ ਵੀ ਲੁੱਟਦੇ ਰਹਿਣਗੇ। ਸਾਨੂੰ ਦਿਓ ਇਜਾਜ਼ਤ, ਤੁਹਾਨੂੰ ਸਾਡਾ ਪ੍ਰੋਗਰਾਮ ਚੰਗਾ ਲੱਗਦਾ ਲਾਈਕ ਕਮੈਂਟ ਅਤੇ ਸ਼ੇਅਰ ਜ਼ਰੂਰ ਕਰਿਓ, ਨਾਲ ਦੀ ਨਾਲ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਕਰਿਓ। ਧੰਨਵਾਦ, ਸਤਿ ਸ਼੍ਰੀ ਅਕਾਲ, ਨਮਸਕਾਰ।